ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਇਕਬਾਲ ਸਿੰਘ, ਪਿੰਡ ਰਣਸਿੰਘ ਖੁਰਦ, ਤਹਿਸੀਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹਾਂ। ਜੋ ਕਿ ਮੈਨੂੰ ਹਰਨੀਆਂ ਦੀ ਪ੍ਰੋਬਲਮ ਸੀਗੀ, ਸਾਨੂੰ ਕਿਸੇ ਨੇ ਕਹਿਣਾ ਕੀਤਾ ਵੀ ਐਂ ਕਰਕੇ ਵੀ ਮੋਗੇ ਡਾਕਟਰ ਹੈ ਅਮਿਤ ਸੂਦ, ਉਹਨਾਂ ਕੋਲ ਤੁਸੀਂ ਜਾਓ, ਉਹਨਾਂ ਦੀ ਰਾਏ ਲਓ। ਅਸੀਂ ਵਿਜਿਟ ਕਰਿਆ ਇੱਥੇ ਆਏ ਡਾਕਟਰ ਸਾਹਿਬ ਕੋਲ। ਡਾਕਟਰ ਸਾਹਿਬ ਬਹੁਤ ਹਸਮੁੱਖ ਅਤੇ ਬਹੁਤ ਵਧੀਆ ਇਨਸਾਨ, ਜਦੋਂ ਅਸੀਂ ਪਹਿਲੇ ਦਿਨ ਮਿਲੇ ਤਾਂ ਸਾਨੂੰ ਬਹੁਤ ਵਧੀਆ ਮਿਲ ਕੇ ਲੱਗਿਆ। ਅਤੇ ਮੇਰੇ ਨਾਲ ਬੈਠੇ ਆ ਮੇਰੇ ਵੀਰ ਜਸਵੀਰ ਸਿੰਘ, ਅਸੀਂ ਯਾਰ ਦੋਸਤ ਸੀਗੇ, ਅਤੇ ਸਾਡਾ ਮੁੱਢ ਤੋਂ ਹੀ ਸੀਗਾ ਵੀ ਅਸੀਂ ਅਪਰੇਟ ਕਰਾਉਣਾ। ਮੇਰੇ ਹਾਰਨੀਆਂ ਸੀ, ਇਹਨਾਂ ਦੇ ਪਿੱਤੇ ਦੀ ਪੱਥਰੀ ਸੀ, ਅਤੇ ਅਸੀਂ ਇਕੱਠਿਆਂ ਨੇ ਅਪਰੇਟ ਕਰਾਉਣ ਦਾ ਮਨ ਬਣਾਇਆ ਹੋਇਆ ਸੀਗਾ ਵੀ ਇਕੱਠੇ ਹੀ ਕਰਾਵਾਂਗੇ। ਅਤੇ ਅਸੀਂ ਦੋਨੋਂ ਜਣੇ ਇਕੱਠੇ ਆਏ ਡਾਕਟਰ ਸਾਹਿਬ ਕੋਲ। ਡਾਕਟਰ ਸਾਹਿਬ ਨੇ ਸਾਡੇ ਨਾਲ ਬਹਿ ਕੇ ਬਹੁਤ ਵਧੀਆ ਗੱਲਾਂ ਕਰੀਆਂ, ਬਹੁਤ ਵਧੀਆ ਸਾਨੂੰ ਗਾਈਡ ਕਰਿਆ, ਅਤੇ ਸਾਨੂੰ ਦੱਸਿਆ ਵੀ ਕੋਈ ਪ੍ਰੋਬਲਮ ਨਹੀਂ ਆਉਣੀ, ਤੁਸੀਂ ਕੋਈ ਨਾ ਆ ਜਾਓ ਜਿੱਦਣ ਮਰਜ਼ੀ, ਅਤੇ ਆ ਕੇ ਅਤੇ ਆਪਦਾ ਅਪਰੇਟ ਕਰਾ ਲਓ। ਅਤੇ ਅਸੀਂ ਡਾਕਟਰ ਸਾਹਿਬ ਨਾਲ ਰਾਏ ਕਰਕੇ ਅਤੇ ਆਪਦੇ ਟੈਸਟ ਦੇ ਕੇ ਇੱਥੋਂ ਚਲੇ ਗਏ ਦੋਨੋਂ ਜਣੇ। ਅਤੇ ਜਾ ਕੇ ਅਸੀਂ ਬਾਅਦ ਦੇ ਵਿੱਚ ਸਾਨੂੰ ਕਾਲ ਕਰਤੀ ਡਾਕਟਰ ਸਾਹਿਬ ਨੇ ਵੀ ਆ ਜਾਓ ਆਪਦੇ ਅਪਰੇਟ ਕਰਾ ਲਓ। ਅਸੀਂ 4-5 ਦਿਨਾਂ ਬਾਅਦ ਆ ਕੇ ਆਪਦਾ ਅਪਰੇਟ ਕਰਾ ਲਿਆ, ਅਤੇ ਸਾਨੂੰ ਬਹੁਤ ਵਧੀਆ ਲੱਗਿਆ। ਇੰਨਾ ਵਧੀਆ ਸਟਾਫ ਹੈ ਇਹਨਾਂ ਦਾ, ਡਾਕਟਰ ਸਾਹਿਬ ਦਾ, ਜਿੰਨੀਆਂ ਵੀ ਕੁੜੀਆਂ ਇੱਥੇ ਕੰਮ ਕਰਦੀਆਂ ਅਤੇ ਜਿੰਨੀ ਵੀ ਸਲਾਂਘਾ ਕਰ ਲਈਏ ਥੋੜ੍ਹੀ ਹੈ। ਬਹੁਤ ਵਧੀਆ ਪਰਿਵਾਰ ਵਾਂਗੂ ਰਹੇ ਸਾਡੇ ਨਾਲ, ਸਾਨੂੰ ਬਹੁਤ ਵਧੀਆ ਗਾਈਡ ਕਰਿਆ, ਕਿਸੇ ਚੀਜ਼ ਦੀ ਸਾਨੂੰ ਪ੍ਰੋਬਲਮ ਨਹੀਂ ਆਉਣ ਦਿੱਤੀ। ਸਾਨੂੰ ਪਤਾ ਨਹੀਂ ਲੱਗਿਆ ਵੀ ਅਸੀਂ ਘਰੇ ਬੈਠੇ ਹਾਂ ਕਿ ਅਸੀਂ ਹੋਸਪਿਟਲ ਦੇ ਵਿੱਚ ਹਾਂ। ਅਤੇ ਉਦੋਂ ਬਾਅਦ ਦੇ ਵਿੱਚ ਸਾਨੂੰ ਤੀਜੇ ਦਿਨ ਛੁੱਟੀ ਦਿੱਤੀ, ਅਤੇ ਤੀਜੇ ਦਿਨ ਅਸੀਂ ਘਰੇ ਚਲੇ ਗਏ, ਕੋਈ ਸਾਨੂੰ ਪ੍ਰੋਬਲਮ ਨਹੀਂ। ਅਤੇ ਅੱਜ ਆ ਕੇ ਅਸੀਂ ਆਪਦੇ ਟਾਂਕੇ ਕਟਾਤੇ ਆ, ਅਤੇ ਬਹੁਤ ਵਧੀਆ ਆਪਦੇ ਆਪ ਨੂੰ ਫਿੱਟ ਸਮਝ ਰਹੇ ਹਾਂ। ਜਿਵੇਂ ਵੀਰ ਜੀ ਨੇ ਤੁਹਾਨੂੰ ਦੱਸਿਆ ਹੀ ਆ ਵੀ ਸਾਡੇ ਦੋਨਾਂ ਦੇ ਇਕੱਠਿਆਂ ਦੇ ਓਪਰੇਸ਼ਨ ਹੋਇਆ, ਮੇਰੇ ਪਿੱਤੇ ਦੀ ਪੱਥਰੀ ਸੀ, ਇਹਨਾਂ ਦਾ ਹਾਰਨੀਆਂ ਦਾ ਸੀ, ਔਰ ਬਹੁਤ ਵਧੀਆ ਡਾਕਟਰ ਸਾਹਿਬ ਨੂੰ ਮਿਲੇ, ਸਾਰਾ ਕੁਝ ਤੁਹਾਨੂੰ ਦੱਸਿਆ, ਬਹੁਤ ਵਧੀਆ ਲੱਗਿਆ ਸਾਨੂੰ। ਪਹਿਲੇ ਦਿਨ ਤੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ, ਓਪਰੇਸ਼ਨ ਕੀਤਾ ਮਤਲਬ ਭੋਰਾ ਵੀ ਨਹੀਂ ਸਾਨੂੰ ਤਕਲੀਫ ਆਈ ਅੱਜ ਤੱਕ। ਅੱਜ ਅਸੀਂ ਟਾਂਕੇ ਕਟਾਉਣਾ ਆ, ਰਿਲੈਕਸ ਹਾਂ, ਔਰ ਅਪੀਲ ਕਰਦੇ ਹਾਂ ਵੀ ਇੱਥੇ ਡਾਕਟਰ ਸਾਹਿਬ ਮੋਟੇ ਆਦਮੀ ਆ ਔਰ ਉਹਨਾਂ ਦਾ ਵੀ ਓਪਰੇਸ਼ਨ ਕਰਦੇ ਆ, ਉਹ ਵੀ ਮੇਰੇ ਹਿਸਾਬ ਨਾਲ ਗਾਈਡ ਕਰਦੇ ਵੀ ਉਹ ਵੀ ਇਹਨਾਂ ਨੂੰ ਆ ਕੇ ਮਿਲਣ। ਵੱਧ ਤੋਂ ਵੱਧ ਡਾਕਟਰ ਸਾਹਿਬ ਨੂੰ ਆ ਕੇ ਮਿਲੋ, ਡਾਕਟਰ ਸਾਹਿਬ ਨਾਲ ਰਾਏ ਕਰੋ ਆ ਕੇ, ਕੋਈ ਵੀ ਪ੍ਰੋਬਲਮ ਆ ਇਹੋ ਜਿਹੀ, ਜਾਂ ਕੋਈ ਲੀਵਰ ਦੀ ਹੈ, ਜਾਂ ਕੋਈ ਇਹੋ ਜਿਹੀ ਹਰਨੀਆਂ ਦੀ ਹੈ, ਪਿੱਤੇ ਦੇ ਓਪਰੇਸ਼ਨ ਦੀ ਹੈ, ਜੋ ਵੀ ਕੋਈ ਵੀ ਇਹੋ ਜਿਹਾ ਅਪਰੇਟ ਆ ਕੇ ਡਾਕਟਰ ਸਾਹਿਬ, ਡਾਕਟਰ ਸਾਹਿਬ ਬਹੁਤ ਵਧੀਆ ਬੰਦੇ, ਬਹੁਤ ਹਸਮੁੱਖ ਇਨਸਾਨ ਹੈ, ਅਤੇ ਇਹੋ ਜਿਹੇ ਡਾਕਟਰ ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਬਖਸ਼ੇ, ਅਤੇ ਸਟਾਫ ਵੀ ਬਹੁਤ ਵਧੀਆ, ਜਿੰਨਾ ਵੀ ਡਾਕਟਰ ਸਾਹਿਬ ਦਾ ਸਟਾਫ ਹੈ ਬਹੁਤ ਵਧੀਆ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।